ਅਸਲਾਮੁਅਲੈਕਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਅੱਲਾਹ ਕਰੇ ਤੁਸੀਂ ਸਾਰੇ ਹਾਸੇ ਰਵੋ ਤੇ ਵਸਤੇ ਰਵੋ ਕਿ ਅਸੀਂ ਜਾ ਰਹੇ ਹਾਂ ਅੱਜ ਮਾਲ ਸ਼ੋਪਿੰਗ ਕਰ ਵਾਸਤੇ ਸੰਡੇ ਸ਼ੋਪਿੰਗ ਤੇ ਰਫੇ ਜਾਏਗੇ ਸਵੀਮਿੰਗ ਤੇ ਔਰ ਹਮ ਜਾਏਗੇ ਮਾਲ ਤੇ ਮਾਲ ਦੇ ਕਰੀਬ ਪਹੁੰਚ ਗਏ ਆ ਤੇ ਬਸ ਅਸੀਂ ਇੱਥੇ ਹੁਣ ਹੋ ਜਾਵਾਂਗੇ ਡ੍ਰੌਪ ਤੇ ਇਹ ਲੋਕ ਸਾਨੂੰ ਡ੍ਰੌਪ ਕਰਕੇ ਚਲੇ ਜਾਣਗੇ ਅੱਗੇ ਮੌਸਮ ਬੜਾ ਹਸੀਨ ਹੋ ਰਿਹਾ ਵੇ ਬੱਦਲ ਹੋ ਰਹੇ ਨੇ ਪਰ بارش ਨਹੀਂ ਹੈ اور ਬਹੁਤ ਹੀ ਖੂਬਸੂਰਤ ਪਿਆ ਲੱਗਦਾ ਵਿਦਿਨ ਤੇ ਚਲੋ ਜੀ ਸਾਡੀ ਆ ਗਈ ਮੰਜ਼ਿਲ ਮਾਲ ਦੇ ਅੰਦਰ ਦਾਖਿਲ ਹੁੰਦੇ ਹੀ ਸਾਨੂੰ ਨਜ਼ਰ ਆਈਆਂ ਛੱਡੀਆਂ ਬੜੇ ਖੂਬਸੂਰਤ ਸਜਾਵਟ ਕੀਤੀ ਗਈ ਹੈ Eid ਦੇ ਹਵਾਲੇ ਦੇ ਨਾਲ ਜਿਵੇਂ ਕ੍ਰਿਸਮਸ ਤੇ ਸਜਾਉਂਦੇ ਨੇ ਇਸ Eid ਦੇ ਹਵਾਲੇ ਦੇ ਨਾਲ ਵੀ ਇਹਨਾਂ ਨੇ ਤੇ ਸਜਾਵਟ ਕੀਤੀ ਹੋਈ ਹੈ ਤੇ ਇੱਥੇ ਤੁਹਾਨੂੰ ਕਾਫੀ ਜਿਹੜੇ ਨੇ ਐਸ਼ੀਅਨਸ ਮੁਸਲਿਮਸ ਨਜ਼ਰ ਆਣਗੇ ਸ਼ੋਪਿੰਗ ਕਰਦੇ ਨਿਊ ਲੁੱਕ ਤੇ ਸੀ ਆ ਗਿਆ ਜੀ ਤੇ ਨਿਊ ਲੁੱਕ ਦੇ ਅੰਦਰ ਜਾਣੇ ਆ ਇਹਦੇ ਵਿੱਚ ਦੇਖਦੇ ਆ ਕਿ ਕੀ ਕੀ ਵੈਰਾਈਟੀ ਆਈ ਏ ਕਿਉਂਕਿ ਹੁਣ ਗਰਮੀਆਂ ਸ਼ੁਰੂ ਹੋ ਰਹੀਆਂ ਨੇ ਤੇ ਨਾਲ ਹੀ ਇੱਥੇ ਹਾਫ 슬ੀਵਸ ਔਰ ਸ਼ਾਰਟਸ ਔਰ ਇਸ ਤਰ੍ਹਾਂ ਦੇ ਕੱਪੜੇ ਮਾਰਕੀਟ ਵਿੱਚ ਆ ਜਾਂਦੇ ਨੇ ਜੋ ਪਤਲੇ ਸਟਾਈਲ ਦੇ ਨੈਟ ਦੇ ਕੱਪੜੇ ਇਸ ਤਰ੍ਹਾਂ ਦੇ ਜਾ ਕੇ ਜਿਸਮ ਨੂੰ ਹਵਾ ਲਗੇ ਏ ਬੋਟ اچھا ਮੈਨੂੰ ਲੱਗਿਆ ਇਹ ਤੁਸੀਂ ਦੇਖੋ ਕਿੰਨਾ ਦੇ 슬ੀਵਸ ਕਿੰਨੇ ਪਿਆਰੇ ਬਣੇ ਹੋਏ ਨੇ ਬਿਲਕੁਲ ਖੁੱਲੇ ਖੁੱਲੇ ਬਣੇ ਨੇ ਬਿਲਕੁਲ ਇੱਕ ਸਟਾਈਲ ਬੜਾ ਅੱਛਾ ਹੈ ਦਾ ਮੈਨੂੰ ਲੱਗਿਆ ਕੱਟ ਬਹੁਤ ਪਿਆਰਾ ਹੈ ਬਿਲਕੁਲ ਇਸਾ ਲੱਗ ਰਿਹਾ ਜਿਵੇਂ ਬਲੋ ਚੀਫ ਸਾਡੇ ਫਰਕ ਹੁੰਦੀ ਹੈ ਨਾ ਇਸ ਸਟਾਈਲ ਦਾ ਲਓ ਬਈ ਅੱਡੀ ਵਾਲੀਆਂ ਜੁੱਤੀਆਂ ਦੇਖ ਲਵੋ ਅੱਡੀ ਵਾਲੀ ਜੁੱਤੀ ਅੱਡੀਆਂ ਅੱਡੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਸ਼ੂਜ਼ ਜ਼ਿਆਦਾ ਹੀ ਪਾਏ ਜਾਂਦੇ ਨੇ ਇੱਥੇ ਕਿਉਂਕਿ ਇਹ ਲੌਂਗ ਸ਼ੂਜ਼ ਵੀ ਇੱਥੇ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਇੰਨੀ ਸਰਦੀ ਹੈ ਕਿ ਲੌਂਗ ਸ਼ੂਜ਼ ਵੀ ਤੁਹਾਨੂੰ ਹਰ ਜਗ੍ਹਾ ਮਿਲਣਗੇ ਔਰ ਹਰ ਲੜਕੀ ਨੂੰ ਤੁਹਾਨੂੰ ਸਰਦੀਆਂ ਵਿੱਚ ਸਪੈਸ਼ਲੀ ਇਹ ਲੌਂਗ ਸ਼ੂਜ਼ ਬਹੁਤ ਪਾਏ ਜਾਂਦੇ ਨੇ ਇਹ ਮੈਲ ਸ਼ੂਜ਼ ਕਿਉਂਕਿ ਠੰਡ ਹੋਣ ਦੀ وجہ ਦੇ ਨਾਲ ਸ਼ੂਜ਼ ਦੇ ਬਿਨਾਂ ਟੜਾ ਗੁਜ਼ਾਰਾ ਹੀ ਨਹੀਂ ਤੇ ਹੀਲ ਵਾਲੀਆਂ ਜੁੱਤੀਆਂ ਸਿਰਫ ਪਾਰਟੀ 'ਚ ਇਸਤੇਮਾਲ ਹੁੰਦੀਆਂ ਨੇ ਕਿ ਪਾਰਟੀ 'ਏ ਦੋਸਤੋ ਲੋਕ ਪਾਉਂਦੇ ਨੇ ਪਰ ਨਾ ਸ਼ੂਜ਼ ਹੀ ਪਾਏ ਜਾਂਦੇ ਨੇ ਪਰਸ ਦੇਖ ਲਵੋ ਬੜੇ ਪਿਆਰੇ ਪਰਸ ਅੱਛੇ ਨਾਜ਼ੁਕ ਛੋਟੇ ਸਟਾਈਲ ਦੇ ਬੜੇ ਸਟਾਈਲ ਦੇ ਸਭ ਕਲਰਫੁਲ ਲੇਕਿਨ ਜ਼ਿਆਦਾਤਰ ਮੈਂ ਦੇਖ ਰਹੀ ਹਾਂ ਕਿ ਛੋਟੇ ਸਟਾਈਲ ਦੇ ਜ਼ਿਆਦਾ ਨੇ ਲੋ ਬਈ ਇਥੇ ਜ਼ਰਾ ਲਾਈਟ ਐਸੀ ਹੈ ਕਿ ਥੋੜਾ ਜਿਹਾ ਲਾਈਟ ਦਾ ਸਾ ਸ਼ੇਡ ਪੈ ਰਿਹਾ ਕਿ ਕਲੀਅਰ ਨਜ਼ਰ ਨਹੀਂ ਆ ਰਹੀ ਮੈਂ ਥੋੜਾ ਜਿਹਾ ਨਜ਼ਦੀਕ ਹੋ ਕੇ ਤੁਹਾਨੂੰ ਦਿਖਾ ਦਿੰਨੀ ਆ वालियाँ शालियाँ कांटे शांटे, सब कुछ ये देखो कॉटन नैट की शर्ट है और इस टाइप के तह कपड़े बहुत नज़र आंगे क्योंकि गर्मी के आते ही भाई नई नई वैरायटी नज़र आ रही ये देखो बार डमी तो बड़ा खूबसूरत इन्होंने अपने ड्रेसिंग लाई है सारी सारी मशहूरी जो कहते मशहूरी की बॉडी केयर ਇਥੇ ਤੁਹਾਨੂੰ ਕਾਫੀ ਸਮਾਨ ਮਿਲ ਜਾਂਦਾ ਹੈ ਮੇਕਅਪ ਸਮੇਤ ਹਰ ਸਮਾਨ ਬੋਡੀ ਕੇਅਰ ਨੈਕਸਟ ਮੇਰਾ ਫੇਵਰਟ ਸਟੋਰ ਮਾਈ ਫੇਵਰਟ ਸਟੋਰ ਹੈ ਇਹ ਵੀ ਨੈਕਸਟ ਮੈਨੂੰ ਬਹੁਤ ਪਸੰਦ ਹੈ ਆਪਣੇ ਕੁਆਲਿਟੀ ਦੀ وجہ ਦੇ ਨਾਲ ਆਪਣੇ ਕੱਟ ਦੀ وجہ ਦੇ ਨਾਲ ਔਰ ਆਪਣੇ ਅੱਛੇ ਜਿਹੜਾ ਨਾ ਪ੍ਰਾਈਸ ਵੀ ਇਹਨਾਂ ਦੇ ਅੱਛੇ ਹੁੰਦੇ ਨੇ ਬਹੁਤ ਸਸਤਾ ਸਟੋਰ ਨਹੀਂ ਏ ਲੇਕਿਨ ਬਹੁਤ ਜ਼ਿਆਦਾ ਮਹਿੰਗਾ ਵੀ ਨਹੀਂ ਕਿ ਤੁਸੀਂ ਅਫੋਰਡ ਹੀ ਨਾ ਕਰ ਸਕੋ ਬਹੁਤ ਅੱਛਾ ਸਟੋਰ ਏ ਔਰ ਇੱਥੇ ਇਹ ਦੇਖ ਲਓ ਜੀ ਹੁਣ ਹਾਫ 슬ੀਵਸ ਤੁਹਾਨੂੰ ਇਸ ਟਾਈਪ ਦੇ ਕੱਪੜੇ ਜ਼ਿਆਦਾ ਨਜ਼ਰ ਆਣਗੇ ਕਿਉਂਕਿ ਹੁਣ ਗਰਮ ਮੁਲਕਾਂ ਵਿੱਚ ਜਾਣਾ ਵੇ ਲੋਕਾਂ ਨੇ ਜਾਂ ਆਪਣੇ ਮੁਲਕ ਵਿੱਚ ਵੀ ਰਹਿਣਗੇ ਤੇ ਬੀਚ ਤੇ ਜਾਣਾ ਵੇ ਇਹ ਦੇਖੋ ਬੀਚ ਸਟਾਈਲ ਦੇ ਕੱਪੜੇ ਨੇ ਤੇ ਇਸ ਤਰ੍ਹਾਂ ਦੇ ਕੱਪੜੇ ਜ਼ਿਆਦਾ ਪਾਏ ਜਾਣਗੇ ਕਿਉਂਕਿ ਇੱਥੇ ਪੂਰਾ ਸਾਲ ਧੁੱਪ ਦੀ ਕਮੀ ਦੀ وجہ ਦੇ ਨਾਲ ਫਿਰ ਬਹੁਤ ਸਕਿਨ ਪ੍ਰੋਬਲਮ ਹੋ ਜਾਂਦੇ ਨੇ ਤੇ ਉਹ ਫਿਰ ਲੋਕ ਜਾਂਦੇ ਨੇ ਔਰਤ ਉਪਰ ਆਪਣੇ ਆਪ ਨੂੰ ਲਵਾਉਂਦੇ ਨੇ ਛੋਟੇ ਤੋਂ ਛੋਟੇ ਕਪੜਾ ਪਾਉਂਦੇ ਨੇ ਤਾਂ ਕਿ ਬਾਡੀ ਨੂੰ ਅੱਛੀ ਤਰ੍ਹਾਂ ਧੁੱਪ ਲੱਗ ਜਾਵੇ। ਟਰੌਜ਼ਰਸ ਸੌਕਸ ਵਿੱਚ ਛੋਟੇ-ਛੋਟੇ ਆ ਗਏ ਨੇ ਗਰਮੀ ਆਂਦੀ ਸੌਕਸ ਵਿੱਚ ਸੁੱਕੜ ਜਾਂਦੇ ਨੇ ਬਈ ਸਰਦੀ ਨਾਲ ਵੱਧ ਜਾਂਦੇ ਨੇ ਤੇ ਗਰਮੀ ਦੇ ਨਾਲ ਸੁੱਕੜ ਜਾਂਦੇ ਨੇ ਛੋਟੇ ਸੌਕਸ ਆ ਜਾਂਦੇ ਨੇ ਨੈਕਸਟ ਪਰਸ ਵੀ ਬੜੇ ਜ਼ਬਰਦਸਤ ਨੇ ਮੈਂ ਇੱਕ ਦੋ ਦਫਾ ਇਸਤੇਮਾਲ ਕੀਤੇ ਨੇ ਲੈਨੇ ਬਹੁਤ ਅੱਛੇ ਇਹਨਾਂ ਦੇ ਹੁੰਦੇ ਨੇ ਆ 20 ਤੇ ਜਾਂਦੇ ਨੇ ਇਹ ਵਾਲੇ ਬੈਗ ਲੋਕ ਲੈ ਕੇ ਜਾਂਦੇ ਨੇ ਇਹ ਜਿਹੜੇ ਥੈਲੀ ਸਟਾਈਲ ਦੇ ਤੁਹਾਨੂੰ ਨਜ਼ਰ ਆ ਰਹੇ ਨੇ ਬੈਡਿੰਗ ਏਰੀਆ ਇੱਥੇ ਤੁਸੀਂ ਕੁਸ਼ਨਸ ਲੈ ਲਓ ਔਰ ਜਿਹੜਾ ਬੈੱਡ ਸ਼ੀਟਸ ਵਗੈਰਾ ਇਹ ਚੀਜ਼ਾਂ ਕਰਦੀ ਡੈਕੋਰੇਸ਼ਨ ਦਾ ਸਮਾਨ ਇਹ ਤੁਹਾਨੂੰ ਮਿਲ ਜਾਏਗਾ ਇਹਨਾਂ ਦਾ ਛੋਟਾ ਸਟੋਰ ਹੈ بڑا ਸਟੋਰ ਥੋੜਾ ਜਿਹਾ ਦੂਰ ਹੈ ਉੱਥੇ ਬਹੁਤ ਤੁਹਾਨੂੰ ਸਮਾਨ ਮਿਲ ਜਾਂਦਾ ਵੇ 컬러ਫੁਲ ਡਰੈਸ ਤੁਹਾਨੂੰ ਮਿਲਣਗੇ ਨੈਕਸਟ ਦੀ ਕੁਆਲਿਟੀ ਬਹੁਤ ਅੱਛੀ ਅਸੀਂ ਬੱਚਿਆਂ ਦੀ ਸਾਰੀ ਸ਼ਾਪਿੰਗ ਜਿਹੜੀ ਹੈ ਨਾ ਨੈਕਸਟ ਤੋਂ ਹੀ ਕਰਨੇ ਆ ਮੇਰੇ ਖਿਆਲ 95% ਬੱਚਿਆਂ ਦੇ ਕੱਪੜੇ ਸਾਡੇ ਨੈਕਸਟ ਤੋਂ ਹੀ ਆਉਂਦੇ ਨੇ ਬਾਕੀ ਅਸੀਂ ਵੀ ਸਰਦੀਆਂ ਵਿੱਚ ਜਿਹੜਾ ਕੋਈ ਜੈਕਟ ਕੋਟ ਰਿਸਟ ਸਟਾਈਲ ਦੀਆਂ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਔਰ ਉਹ ਅਸੀਂ ਨੈਕਸਟ ਤੋਂ ਹੀ ਲੈਣੇ ਆ ਕਿ ਨੈਕਸਟ ਦੀ ਵੈਰਾਈਟੀ ਬਹੁਤ ਅੱਛੀ ਹੁੰਦੀ ਮੇਰਾ ਤਾਂ ਬੜਾ ਫੇਵਰੇਟ ਏ ਮੇਰੀ ਕੋਸ਼ਿਸ਼ ਆਈ ਹੁੰਦੀ ਏ ਕਿ ਸਰਦੀਆਂ ਦੀ ਜਿਹੜੀ ਸ਼ਾਪਿੰਗ ਕਰਾਂ ਮੈਂ ਇੱਕਦ ਨੈਕਸਟ ਤੋਂ ਜ਼ਰੂਰ ਚੀਜ਼ ਲੈਣੀ ਹੈ ਨਾ ਬਈ 12ਵੀਂ ਡੰਮੀ ਤੇ ਰਣ ਬੜਾ ਜ਼ਬਰਦਸਤ ਸਜਾਇਆ ਵੇ ਚੱਲਦੇ ਜਾ ਰਹੇ ਆ ਚੱਲਦੇ ਜਾ ਰਹੇ ਆ ਬਈ ਬੁੱਕ ਦਾ ਨਹੀਂ ਪਿਆ ਤਾਂ ਸਟੋਰ ਜਿਸ ਸਟੋਰ ਚ ਵੱਜ ਜਾਓ ਇੰਨੇ ਜ਼ਿਆਦਾ ਵੈਰਾਈਟੀ ਆਈਏ ਸਪੈਸ਼ਲੀ ਗਰਮੀਆਂ ਦੀ ਉਹ ਗਰਮੀਆਂ ਸ਼ੁਰੂ ਹੋ ਰਹੀਆਂ ਨੇ ਸ਼ਾਰਟਸ ਔਰ ਬਸ ਜਿਹੜੇ ਛੋਟੇ ਛੋਟੇ ਕੱਪੜੇ ਬਨੀਆਨਾ ਲੋਕਾਂ ਨੇ ਵਿੱਚ ਤੇ ਜਾਣਾ ਹੈ ਗਰਮ ਮੁਲਕਾਂ ਦਾ ਰੁਖ ਕਰਨਾ ਹੈ ਸਹਿਰ ਔਰ ਤਫਰੀ ਲਈ ਇਸ ਲਈ ਬੜਾ ਬਈ ਰਸ਼ ਲੱਗਿਆ ਪਿਆ ਤੇ ਛੋਟੇ ਸ਼ਾਰਟਸ ਕੱਪੜੇ ਵਾਲਾ ਔਰ Eid ਵੀ ਹੈ ਤੇ ਲੋਕ ਆਏ ਰਹੇ ਆਪਰੇ ਤੇ ਛੇ ਲੋਕ ਵੀ ਆਏ ਹੋਏ ਨੇ ਆਪਣੀ ਖਰੀਦਾਰੀ ਕਰਨ ਲਈ ਬੱਚਿਆਂ ਲਈ ਤੇ ਜ਼ਾਰੇ ਕੋਈ ਜੁੱਤੀਆਂ ਲੈ ਰਿਹਾ ਕੋ ਕੱਪੜੇ ਲੈ ਰਿਹਾ ਕੁਛ ਤੇ ਖਾਸਾ ਅ ਨਿਊ ਸਮਾਨ ਦੇਖਣ ਨੂੰ ਮਿਲਿਆ ਵੇ ਔਰ ਭਾਈ ਵੀ ਮੇ ਕਾਫੀ ਦਿਨਾਂ ਬਾਅਦ ਆ ਜਿਹੜਾ ਅਸੀਂ ਸਮਝ ਦੋ ਠਾਈ ਮਹੀਨੇ ਗੈਰੇ ਮੌਲ ਤੋਂ ਦੂਰ ਰਹੇ ਤੇ ਦੂਰੀ ਜਿਹੜੀ ਅੱਜ ਖਤਮ ਹੋਈ ਏ ਲੇਕਿਨ ਬੜੇ ਅੱਛੇ ਤਰੀਕੇ ਨਾਲ ਖਤਮ ਹੋਈ ਹੈ ਬੜਾ ਮਜ਼ਾ ਆ ਰਿਹਾ ਕਿਤਨਾ ਵੀ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ